एकादशी सोने से जागरा तो और एक वाक्य है गुरु महाराज के हजूरी बाबा भागवत जी के हजूरी गुरु ग्रंथ साहब के हजूरी में गल कहनी चाहना वो ऐसे इंसान ऐसे धर्मन ऐसे मोर इंसान की रिश्ते की कदर करने वाले साडे मास्टर जी को कैनेडा बैठे ने वीडियो देखेंगे वो कहते हैं कि मैं एक बार बैंक गया एक बुजुर्ग अपनी पेंशन लेना आया सी पेंशन हर बारी मैनेजर साहब ना ही की भी नहीं आई अगर फिर देखा मैंने ट्वीट काफी दिन हुए नहीं जो पेंशन रही रोज को जो बोलिया कि क्योंकि हर इंसान दर्द जा अपने हक नहीं बोलता है पर जो तो नहीं मिली है ना तो उन्हें आत्महत्या कर ली सब दस उन्हें अपने आप को अग लग खत्म कर लिया तो मास्टर जी उन्होंने दे हिरदे से सीने से जहां के दिलों में दर्द हों प्यार हों इंसानियत नहीं उन्होंने एक धक्का एक शौक लगा कि यह तो बहुत बहुत वही इतिहासा ट्रैसी बहुत बड़ा हो गया पर सत्संगत उन्होंने अपने नगर के बंद ने गल की पिंड वाले ने गल की बहुत वाले गल की बहुत निराशित बने गई एप्रीशिएट नहीं मिल पाया उस बाद उन्होंने अपने मां के नाले अपने वीर सरकार ऑफिसर साढ़े पंजाब का मान यूपी सरकार का मान भारत का मान बीजेपी साहब रणजीत सिंह ने जगत साहब ने गल की भाजपा ने बीजेपी साहब ने बड़ा एप्रीशिएट किया कहते मैं तेरे नाल उन्होंने अपने मास्टर जी ने अपने बेटे सतेंद्र कुमार जी जो कैनेडा ही ने उन्होंने गल की उन्होंने मान बख्शिया एक गिल साहब ने साढ़े उन्होंने सलाह की खिन साहब ने और साढ़ी एक भैन जी जो नरेंद्र भंगड़ा जी ने विक्टोरिया तो कैनेडा तो उन्होंने गल की उन्होंने एप्रीशिएट किया ईवन के $250 करके उस वे दिता और कट्ठे हुई रकम जो संस्था का एक आगाज से शुरुआत से वो शुरुआत हुई बुजुर्गों को नहीं कर सके और माता मेरी जान जो नाम संस्था है वो तो पहला बच्चा ही काम करती है मैं चाहना जिन बहुत ही सहयोग बहुत ही माण मिले उन्होंने जिक्र करना चाहना जी उन्होंने साडे सरकार नरेंद्र कौर भंगड़ा जी भैन साहब विक्टोरिया वाले और कशविंदर कैनेडा जी पिंकी जी ਸਾਜੀਤ ਸਿੰਘ ਜੀ ਮਾਸਟਰ ਭਜਨ ਸਿੰਘ ਦੇ ਵੱਡੇ ਵੀਰ ਜੀ ਯੂ ਐਸ ਏ ਤੋਂ ਸਾਜੈਬ ਸਿੰਘ ਜੀ ਸਪੁੱਤਰ ਸਾਰਿਸ਼ਮ ਸਿੰਘ ਜੀ ਔਰ ਜਗ ਸਿੰਘ ਜਥੇਦਾਰ ਸਾਹਿਬ ਉਹਨਾਂ ਦੀ ਸਪੁੱਤਰੀ ਰਣਜ ਕੌਰ ਜੀ ਉਹਨਾਂ ਨੇ ਸਾਰੇ ਪਰਿਵਾਰ ਨੇ ਮਾਣ ਬਖਸ਼ਿਆ ਚੰਡੀਗੜ੍ਹ ਤੋਂ ਹਰਭਜਨ ਬੰਗਰ ਸਾਹਿਬ ਆਈ ਸੀ ਸੀ ਬੀ ਆਈ ਤੋਂ ਸੰਸਥਾ ਤੋਂ ਸਾਡੇ ਸਾਹਿਬ ਨੇ ਜੀ ਉਹਨਾਂ ਨੇ ਮਾਣ ਬਖਸ਼ਿਆ ਸਾਡੇ ਪ੍ਰਦੀਪ ਕੁਮਾਰ ਜੀ ਮੱਧ ਸਾਹਿਬ ਜੋ ਸਾਡੇ ਸਾਹਮਣੇ ਬੈਠੇ ਨੌਜਵਾਨਾਂ ਨੂੰ ਸਰਪੰਚ ਸਾਹਿਬ ਇਹਨੇ ਮੈਂ ਨਾਲ ਸਾਥ ਦਿੱਤਾ ਬਕਾਇਦਾ ਰੱਖ ਦਿੱਤੀ ਜੋ ਗੱਲ ਹੋਈ ਵੀ ਮੈਂ ਇਸ ਤੋਂ ਬਾਅਦ ਵਿੱਚ ਅਨਾਊਂਸ ਕਰਾਂਗਾ ਸਰ ਸੁਰੂਪ ਸਿੰਘ ਜੀ ਪਾਲ ਈਸਪੁਰ ਵਾਲੇ ਮਾਣ ਬਖਸ਼ਿਆ ਐਸ ਡੀ ਬੇਦੀ ਸਾਹਿਬ ਦਿੱਲੀ ਵਾਲੇ ਮਾਣ ਬਖਸ਼ਿਆ ਨਾਲ ਦੀ ਨਾਲ ਕੁਲਵੀਰ ਸਿੰਘ ਜੀ ਹੋਟੀ ਸਾਹਿਬ ਅੰਮ੍ਰਿਤ ਸਿੰਘ ਜੀ ਹੋਟੀ ਬੇਵਾ ਸਿੰਘ ਜੀ ਹੋਟੀ ਸੰਸਾਰ ਸੰਦੋਖ ਸਿੰਘ ਗੁਰਜੀਤ ਸਿੰਘ ਜੀ ਹੋਟੀ ਸਾਹਿਬ ਸਰ ਜਤਨ ਸਿੰਘ ਸਾਹਿਬ ਕਰ ਸਰਪੰਚ ਹਰਭਜਨ ਸਿੰਘ ਜੀ ਪਾਲ ਸਰ ਰਤਨ ਸਿੰਘ ਜੀ ਸਰ ਸਰਵਣ ਸਿੰਘ ਸਾਹਿਬ ਕਰ ਸਰਪੰਚ ਬਰਦਾਸ ਸਰਵੀਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਹੋਟੀ ਸਰ ਦਰਸ਼ਨ ਸਿੰਘ ਜੀ ਭਗਤਾਂ ਜੀ ਜੱਗੂ ਸਾਹਿਬ ਸੁਪੁੱਤਰ ਮੁਨਸ਼ੀ ਰਾਮ ਜੀ ਔਰ ਦਾਦਾ ਚੰਦਰ ਰਾਜ ਜੀ ਸਾਹਿਬ ਸਿੰਘ ਜੀ ਸਾਨੂੰ ਸਾਰੇਸ਼ਮ ਸਿੰਘ ਜੀ ਕਸ਼ਵਿੰਦਰ ਸਿੰਘ ਜੀ ਰੌਂਗ ਪ੍ਰਦੀਪ ਸਿੰਘ ਸਾਨੂੰ ਨਰਿੰਦਰ ਸਿੰਘ ਜੀ ਵਕੀਲ ਮਲਕੀਤ ਸਿੰਘ ਜੀ ਬੀਜੇਪੀ ਸਾਹਿਬ ਔਰ ਖੁਦ ਸਾਡੇ ਮਾਸਟਰ ਜੀ ਪ੍ਰਿੰਸੀਪਲ ਭਗਤ ਰਾਮ ਜੀ ਜੱਗੂ ਸਾਹਿਬ ਸਤਿੰਦਰ ਜੱਗੂ ਜੀ ਸਰਦੀਪ ਹੋਟੀ ਸਾਹਿਬ ਦਰਸ਼ਨ ਸਿੰਘ ਹੋਟੀ ਸਾਹਿਬ ਤੇ ਕਰਤਾਰ ਸਿੰਘ ਜੀ ਰੌਂਗ ਤੇ ਹੋਰ ਵੀ ਇਸ ਸੰਸਥਾ ਦੇ ਨਾਲ ਸਨਮਾਨਯੋਗ ਸ਼੍ਰੀ ਸ਼ੀਤਾ ਰੋਣਾ ਚੌਧਰੀ ਦੇ ਨਾਲ ਸਾਥ ਦੇ ਰਹੀਆਂ ਨੇ ਮੈਂ ਚਾਹੁੰਦਾ ਕਿ 2 ਮਿੰਟ ਦੇ ਲਈ ਉਸ ਕੀਰਤਨ ਜ਼ਿਕਰ ਕਰਨ ਇਸ ਸੰਸਥਾ ਬਾਰੇ ਔਰ ਇਨਾਮਾਂ ਬਾਰੇ ਮੈਂ ਮਾਨ ਜੋ ਬੀਜੇਪੀ ਸਾਹਿਬ ਸਦਾ ਦਵਾਂਗਾ ਕਿ 2 ਮਿੰਟ ਦੇ ਆਉਣ ਤੇ ਉਹ ਚਾਨਣਾ ਪਾਉਣ ਔਰ ਬੜੀ ਖੁਸ਼ੀ ਬੜੀ ਮਾਨ ਸਤਿਗੁਰਾਂ ਦੀ ਮਠਿਆਈ ਹੈ ਸਾਡੇ ਸਤਿਗੁਰਾਂ ਨੇ ਕਿਹਾ ਕਿ ਐਸੀ ਲਾਲ ਕੁਝ ਮਿੰਟ ਕੌਣ ਕਰੇ ਗਰੀਬ ਨਿਵਾਸ ਕਸੈਂਜਾ ਮੇਰਾ ਮਾਤੇ ਸ਼ਕਤ ਕਰੇ ਇਹ ਮਠਿਆਈ ਸਾਡੇ ਬੀਜੇਪੀ ਸਾਹਿਬ ਨੂੰ ਮਿਲੀ ਹੈ ਸੋ ਖਾਤਮ ਦੇ 2 ਮਿੰਟ ਲਈ ਇਸ ਅੱਜ ਦੇ ਸਮਾਗਮ ਦੇ ਵਿੱਚ ਲਈ ਔਰ ਇਹ ਸੰਸਥਾ ਦੇ ਲਈ ਸਾਡੇ ਸਾਬਕੀ ਸੱਚੀ ਚੰਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵਿਰਾਜਮਾਨ ਸਾਧਕ ਜੀ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼ੁਕਰਗੁਜ਼ਾਰ ਹਾਂ ਰਾਹੀ ਸਾਹਿਬ ਦੇ ਜਿਨ੍ਹਾਂ ਨੇ ਇਹ ਸਾਰਾ ਫਾਇਦਾ ਸਮਾਗਮ ਆਰੰਭ ਕੀਤਾ।
ਸਾਰ ਔਰ ਤੁਹਾਨੂੰ ਸਾਰੀ ਭੂਮਿਕਾ ਦੱਸ ਦਿੱਤੀ ਹੈ। ਇਹਦੇ ਵਿੱਚ ਦੁਬਾਰਾ ਮੈਨੂੰ ਜ਼ਿਆਦਾ ਦੱਸਣ ਦੀ ਜ਼ਰੂਰਤ ਨਹੀਂ ਹੈ। ਇਸ ਪ੍ਰੋਗਰਾਮ ਦੇ ਵਿੱਚ ਆਏ ਹੋਏ ਸਾਡੇ ਸਨਮਾਨਿਤ ਸਭੀ ਰਿਸ਼ਤੇਦਾਰ, ਸਭੀ ਦੋਸਤ, ਸਭੀ ਮਿੱਤਰ, ਸਭ ਤੋਂ ਪਹਿਲਾਂ ਸਾਡੇ ਕੀਰਤੀ ਜਥਾ ਭਾਈ ਸੁੰਦਰ ਸਿੰਘ ਜੀ ਦਾ ਧੰਨਵਾਦੀ ਹਾਂ ਜੋ ਇਹਨਾਂ ਨੇ ਆਪਣਾ ਕੀਰਤ ਸਾਹਮਣਾ ਕੀਤਾ, ਸਾਰਿਆਂ ਨੂੰ ਨਿਹਾਲ ਕੀਤਾ ਆਪਣੇ ਸ਼ਬਦਾਂ ਦੇ ਨਾਲ। ਸਾਡੇ ਵਿੱਚ ਬਿਰਾਜਮਾਨ ਹਨ ਬਹੁਤ ਸ਼ਖਸੀਅਤਾਂ, ਸਾਡੇ ਬਹੁਤ ਪੁਰਾਣੇ ਸਾਥੀ, ਬਹੁਤ ਹੀ ਅਜੀਜ਼ ਦੋਸਤ, ਸਾਡੇ ਕਲਾਸ ਫੈਲੋ ਰਮੇਸ਼ ਚੰਦਰ ਜੀ ਜੋ ਰਾਜਦੂਤ ਰਹੇ ਹਨ ਬੈਲਾਰੂਸ ਦੇ ਵਿੱਚ। ਪਹਿਲਾਂ ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਤਾਂ ਰਾਜਦੂਤ ਯਾਦ ਕਰਦੇ ਸੀ ਕਿਹੜੇ ਕਿਹੜੇ ਕੰਟਰੀ ਦੇ ਕਿਹੜੇ ਕਿਹੜੇ ਰਾਜਦੂਤ ਹੈ, ਤਾਂ ਇਹ ਕਿੱਦਾਂ ਲੱਗਦਾ ਸੀ ਬਹੁਤ ਬੜਾ ਬੰਦਾ ਹੋਏਗਾ। ਤਾਂ ਦੇਖੋ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਦੀ ਡੇਟ ਦੇ ਵਿੱਚ ਉਹ ਜੋ ਰਾਜਦੂਤ ਸਾਡੇ ਵਿੱਚੋਂ ਇੱਕ, ਸਾਡੇ ਵੱਡੇ ਭਾਈ ਸਾਹਿਬ, ਸਾਡੇ ਕਲਾਸ ਵੱਲੋਂ ਸ਼੍ਰੀ ਰਮੇਸ਼ ਚੰਦਰ ਜੀ ਨੇ, ਉਹ ਬੈਲਾਰੂਸ ਦੇ ਵਿੱਚ ਫੋਰਨ ਸਰਵਿਸ ਦੇ ਅਫਸਰ ਸੀ, ਉੱਥੇ ਅੰਬੈਸਡਰ ਰਹੇ ਆ, ਸਾਡੇ ਵਿੱਚ ਬਿਰਾਜਮਾਨ ਆ। ਮੈਂ ਬੜਾ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਕਿ ਉਹਨਾਂ ਨੇ ਜ਼ਹਿਮਤ ਉਠਾਈ ਔਰ ਇਸ ਫੰਕਸ਼ਨ ਦੇ ਵਿੱਚ ਆਉਣ ਦੀ ਖੇਚਲ ਕੀਤੀ। ਸਾਡੇ ਹੋਰ ਬਹੁਤ ਸਾਰੇ ਮਹਿਮਾਨ, ਕੈਪਟਨ ਕਸ਼ਮੀਰ ਸਿੰਘ ਜੀ, ਰਾਮ ਲਾਲ ਜੀ, ਸਾਡੇ ਰਾਮ ਚਰਨ ਜੀ ਜੋ ਸਪੋਰਟਸ ਦੇ ਇੰਡਸਟਰੀ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ, ਸਪੋਰਟਸ ਇੰਡਸਟਰੀ ਸਟਾਰ ਡਾਕਟਰ ਕੇਵਲ ਅਹੀਰ ਜੀ, ਪ੍ਰਦੀਪ ਸ਼ਰਮਾ ਸਾਹਿਬ, ਸਾਡੇ ਸਾਬਕਾ ਸਰਪੰਚ ਸਾਹਿਬ ਕੇਵਲ ਸਿੰਘ ਗੋਟੀ ਜੀ, ਕੁਲਵੀਰ ਸਿੰਘ ਜੀ, ਕੈਪਟਨ ਕਸ਼ਮੀਰ ਸਿੰਘ ਜੀ, ਸਾਡੇ ਪਰਿਵਾਰ ਦੇ ਸੂਬੇਦਾਰ ਮੇਜਰ ਸੁਰਜ ਸਿੰਘ ਪਾਲ ਜੀ, ਸਾਡੇ ਡੀ ਆਈ ਜੀ ਸਾਹਿਬ ਅਰਵਿੰਦ ਮੰਗਲ ਸਾਹਿਬ, ਰੇਸ਼ਮ ਸਿੰਘ ਸਾਡੇ ਵੱਡੇ ਭਾਈ ਸਾਹਿਬ, ਰਣਜੀਤ ਸ਼ਰਮਾ ਜੀ, ਔਰ ਡਾਕਟਰ ਰਾਕੇਸ਼ ਕੁਮਾਰ ਜੀ, ਸੁਨੀਤਾ ਸਿੰਘ ਜੀ, ਜਸਵੰਤ ਸਿੰਘ ਜੀ, ਔਰ ਤਮਾਮ ਸਾਡੇ ਜਿੰਨੇ ਵੀ ਸਾਥੀ ਔਰ ਪਿਆਰੇ ਬੱਚੇ ਸਾਡੇ ਆਏ ਹੋਏ ਹਨ, ਮੈਂ ਇਹਨਾਂ ਸਾਰਿਆਂ ਨੂੰ ਜੀਆਂ ਕਹਿੰਦਾ ਹਾਂ। ਪਹਿਲਾਂ ਮੈਂ ਸਭ ਤੋਂ ਪਹਿਲਾਂ ਸਾਡੇ ਵਿੱਚ ਸਾਡੇ ਵੱਡੇ ਵੀਰ ਸ਼੍ਰੀ ਸਵਰਨ ਦਾਸ ਬਿੱਦੀ ਜੀ ਤਸ਼ਰੀਫ ਫਰਮਾ ਹਾਂ। ਇਹ ਵੀ ਸਾਡੇ ਪਿੰਡ ਦਾ ਮਾਣ ਹੈ, ਇਸੇ ਪਿੰਡ ਦੇ ਵਿੱਚੋਂ ਅਸੀਂ ਇਕੱਠੇ ਪੜ੍ਹਦੇ ਰਹੇ ਹਾਂ, ਸਾਡੇ ਤੋਂ ਇੱਕ ਸਾਲ ਅੱਗੇ ਪੜ੍ਹਦੇ ਸੀਗੇ, ਔਰ ਇਹਨਾਂ ਨੇ ਦਿੱਲੀ ਨੌਕਰੀ ਕੀਤੀ, ਪਹਿਲਾਂ ਚੰਡੀਗੜ੍ਹ ਨੌਕਰੀ ਕੀਤੀ, ਉਸ ਤੋਂ ਬਾਅਦ ਦਿੱਲੀ ਨੌਕਰੀ ਕੀਤੀ, ਔਰ ਹਿਊਮਨ ਰਿਸੋਰਸ ਡਿਵੈਲਪਮੈਂਟ ਦੇ ਵਿੱਚ ਡਾਇਰੈਕਟਰ ਦੇ ਪਦ ਤੋਂ ਰਿਟਾਇਰ ਹੋਣ ਤੋਂ ਬਾਅਦ ਦਿੱਲੀ ਵਿੱਚ ਹੀ ਨਿਵਾਸ ਕਰ ਰਹੇ ਹਨ। ਇਹ ਸਾਡੇ ਵਿੱਚ ਬਿਰਾਜਮਾਨ ਹਨ, ਮੈਂ ਇਹਨਾਂ ਦਾ ਬੜਾ ਮਸ਼ਹੂਰ ਹਾਂ, ਬੜਾ ਧੰਨਵਾਦੀ ਹਾਂ ਕਿ ਇਹਨਾਂ ਨੇ ਸਾਡਾ ਸੱਦਾ ਸਵੀਕਾਰ ਕੀਤਾ, ਔਰ ਸਾਡੀ ਇਹ ਸੰਸਥਾ ਸ਼੍ਰੀ ਮੁੰਸ਼ੀ ਰਾਮ ਚੈਰੀਟੇਬਲ ਟਰੱਸਟ ਬੜਾ ਗੌਰਵਾਨਵਿਤ ਮਹਿਸੂਸ ਕਰ ਰਹੀ ਹੈ, ਔਰ ਇਹਨਾਂ ਨੂੰ ਅਸੀਂ ਸਨਮਾਨਿਤ ਕਰਨਾ ਚਾਹੁੰਦੇ ਹਾਂ। ਮੈਂ ਅਨੁਰੋਧ ਕਰੂੰਗਾ ਸਾਡੇ ਭਾਈ ਰਮੇਸ਼ ਚੰਦ ਜੀ ਤਕਲੀਫ ਕਰਨ ਥੋੜ੍ਹਾ ਜਿਹਾ ਸਾਹਮਣਾ ਜੀ, ਤੁਸੀਂ ਵੀ ਹੈਲੋ ਸਪੋਰਟ ਦਿਓ ਨਾ ਹੈਲੋ ਦੇਖੇ ਨਾਮ ਵੀ ਉੱਥੋਂ
ਸਾਹਿਬ ਸਾਡੇ ਵਿੱਚ ਸਮਝ ਲਓ ਅਸੀਂ ਹਾਜ਼ਰਾ ਸੁਣ ਰਹੇ ਜੀ ਸਾਡੇ ਮਾਸਟਰ ਪ੍ਰਧਾਨ ਜੀ ਨੂੰ ਸਤਿੰਦਰ ਭਾਜੀ ਨੂੰ ਅਗਲੀ ਗੱਲ ਜ਼ਰੂਰ ਹਨ ਮੈਂ ਚਾਹੂੰਗਾ ਕਿ ਇਹਨਾਂ ਨੂੰ ਪਹਿਲਾਂ ਇਨਾਮ ਵਿੱਚ ਤਬੀਅਤ ਕਰਤਾ ਜਾਵੇ ਮੈਂ ਨਾ ਬੋਲੂੰਗਾ ਬੱਚੇ ਦੇ ਬਗਲ ਗਿਆ ਹਰਮਨਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਏਟ ਕਲਾਸ ਫਸਟ 15 ਸਫ਼ਰ ਦਾ ਇਨਾਮ ਤਾੜੀ ਨੀ ਮਾਰਨੀ ਪਰਮਜੀਤ ਸਿੰਘ ਪਰਮਦੀਪ ਸਿੰਘ ਆਖਰੀ ਕਲਾਸ ਸੈਕਿੰਡ ਪ੍ਰਾਈਜ ਪਰਮਦੀਪ ਸਿੰਘ ਸਰ ਦੇਖੋ ਸੋਹਣਿਆ ਵਿਪਨ ਕੁਮਾਰ ਭਾਜੀ ਨਾਲ ਹੋ ਜਾਇਆ ਕਰੋ ਅੱਠਵੀਂ ਕਲਾਸ ਸੈਕਿੰਡ ਪ੍ਰਾਈਜ ਅਰਮਦੀਪ ਔਰ ਵਿਪਨ ਦੋਨੋਂ ਜੋ ਹੈ ਸੈਕਿੰਡ ਆਏ ਹੈ ਦੋਨੋਂ ਸੂਰਜ ਦਸਵੀਂ ਕਲਾਸ ਫਸਟ 15 ਸਾਲ ਰਿਹਾ ਓਮੈਂਟੋ ਔਰ ਸਿਮਰਨਜੀਤ ਕੌਰ ਇੱਧਰ ਦੇਖਿਓ ਬੇਟੀ ਸਿਮਰਨਜੀਤ ਕੌਰ ਦਸਵੀਂ ਕਲਾਸ ਸੈਕਿੰਡ ਸੁਮਨ
ਸਿਵਿੰਗ ਕਲਾਸ ਇੱਧਰ ਦੇਖਿਓ ਇੱਧਰ ਸੁਮਨ ਸਿਵਿੰਗ ਕਲਾਸ ਫਸਟ ਵਿਕਰਮਜੀਤ ਸਿੰਘ ਇੱਧਰ ਦੇਖਿਓ ਵਿਕਰਮਜੀਤ ਸਿੰਘ ਛੱਡੀ ਕਲਾਸ ਔਨ ਕਰ ਇੱਧਰ ਦੇਖੇ ਸਰ ਇੱਧਰ ਦੇਖੇ ਕਲਾਸ ਫਸਟ ਸਨੇਹਾ ਦੇਖੇ ਇੱਧਰ ਜੀ ਸੱਤਵੀਂ ਕਲਾਸ ਸੈਕਿੰਡ ਸੰਜਨਾ ਕੁਮਾਰ ਮਿਸ ਨਵਪ੍ਰੀਤ ਕੌਰ ਨਵਪ੍ਰੀਤ ਕੌਰ ਅੱਠਵੀਂ ਕਲਾਸ ਫਸਟ ਮੈਂ ਸੰਜਨਾ ਕੁਮਾਰੀ ਅੱਠਵੀਂ ਕਲਾਸ ਸੈਕਿੰਡ ਇੱਧਰ ਦੇਖ ਕੇ ਜੀ ਬਹੁਤ ਧੰਨਵਾਦ ਸਮੀਰ ਜੀ ਅਮਰ ਜੀ ਦੋ ਮਿੰਟ ਤੋਂ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਪਾਂ ਸਾਰੇ ਬਿਰਾਜਮਾਨ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵੀ ਆਪਾਂ ਸਰਨ ਕੀਤਾ ਹੈ, ਰੋਜ਼ ਸੁਣਦੇ ਹਾਂ, ਕਿੰਨਾ ਉਹਦੇ ਵਿੱਚ ਆਪਾਂ ਅਮਲ ਕਰਦੇ ਹਾਂ ਇਹ ਤੋਂ ਅਲੱਗ ਅਲੱਗ ਬੰਦੇ ਦੇ ਉੱਤੇ ਆਪਣਾ ਆਪਣਾ ਡਿਪੈਂਡ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਈ ਜਗ੍ਹਾ ਬੱਚੇ ਕਿਰਪਾ ਕਰਕੇ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਕਈ ਵਾਰ ਦਾਸ ਦਾਸਾਂ ਦਾ ਦਾਸ ਨੀਚ ਕਰਮਾਂ ਹੋਰ ਸੱਤਾਂ ਮਹਾਤਮਾ ਦੀ ਜੋ ਬਾਣੀ ਹੈ ਕਿਸੇ ਨੇ ਗਰੀਬ ਨਵਾਜ ਕਿਹਾ ਗਰੀਬ ਕਿਹਾ ਕਿਸੇ ਨੇ ਮਸਕੀਨ ਕਿਹਾ ਹੈ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਅੱਗੇ ਬਹੁਤ ਨਿਮਾਣਾ ਆਪਣੀ ਰਸੋਈ ਕੀਤੀ। ਜਦ ਤੱਕ ਤੁਸੀਂ ਨਿਮਾਣੇ ਬਣਦੇ ਨਹੀਂ ਜਦ ਤੱਕ ਤੁਸੀਂ ਆਪਣੇ ਵਿੱਚੋਂ ਅਹਿਮ ਇਹ ਹੰਕਾਰ ਕੱਢਦੇ ਨਹੀਂ ਤਦ ਤੱਕ ਤੁਹਾਨੂੰ ਕੁਛ ਮਿਲ ਨਹੀਂ ਸਕਦਾ। ਉਹ ਪਰਮ ਪਿਤਾ ਪਰਮੇਸ਼ਵਰ ਵੀ ਸਭ ਜਾਣੀ ਜਾਣ ਹੈ ਕਿ ਕਿਹੜਾ ਬੰਦਾ ਕਿਸ ਦੇ ਰਾਹ ਹੈ, ਉਹਨੇ ਉਸੇ ਤਰ੍ਹਾਂ ਹੀ ਸਭ ਨੂੰ ਦਾਤਾ ਬਖਸ਼ਿਆ। ਹਜ਼ਰਤ ਸੁਲਤਾਨ ਬਾਹੋ ਜੀ ਬਹੁਤ ਵੱਡੇ ਸੂਫੀ ਦਰਵੇਸ਼ ਹੋਏ, ਉਹਨਾਂ ਦਾ ਇੱਕ ਕਪਰੇਟ ਹੈ, ਸ਼ਬਦ ਹੈ ਜੋ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹਾਂ। ਨਾ ਮੈਂ ਸ਼ੇਰ ਨਾ ਪਾਂ ਛਟਾਕੀ, ਸ਼ੇਰ ਔਰ ਛਟਾਕੀ ਹੁੰਦੇ ਪਹਿਲਾਂ, ਨਾ ਮੈਂ ਸ਼ੇਰ ਨਾ ਪਾਂ ਛਟਾਕੀ ਨਾ ਪੂਰੀ ਸਰਸਾਹੀ, ਸਰਸਾਹੀ ਹੁੰਦਾ ਏਕੜ ਔਰ ਨਾ ਮੈਂ ਤੋਲਾ ਨਾ ਮੈਂ ਮਾਸਾ, ਨਾ ਮੈਂ ਤੋਲਾ ਨਾ ਮੈਂ ਮਾਸਾ ਗਲ ਰੱਤੀਆਂ ਤੇ ਆਈ ਰੱਤੀ ਹੋਵਾਂ ਤਾਂ ਰੱਤੀ ਤੁਲਾਂ, ਰੱਤੀ ਹੋਵਾਂ ਤਾਂ ਰੱਤੀ ਤੁਲਾਂ ਉਹ ਵੀ ਤੁਰੀ ਨਹੀਂ, ਮੈਂ ਤਾਂ ਰੱਤੀ ਵੀ ਨਹੀਂ। ਨਾ ਮੈਂ ਰੱਤੀ ਹੋਵਾਂ ਤਾਂ ਰੱਤੀ ਤੁਲਾਂ ਉਹ ਵੀ ਪੂਰੀ ਨਹੀਂ ਹੂੰ, ਵਜਨ ਤੋਲ ਪੂਰਾ ਕਦ ਹੋਸੀ, ਮੇਰਾ ਵਜਨ ਉਦੋਂ ਪੂਰਾ ਹੋਏਗਾ ਵਜਨ ਤੋਲ ਪੂਰਾ ਕਦ ਹੋਸੀ ਜਦ ਹੋਸੀ ਫਜ਼ਲ ਇਲਾਹੀ, ਜਦ ਉਸ ਪ੍ਰਭੂ ਦੀ ਕਿਰਪਾ ਹੋਣੀ ਤੁਹਾਡੇ ਤੇ ਤਾਂ ਉਦੋਂ ਇਹ ਗਤੀ ਵੀ ਬੜੀ ਹੋ ਜਾਣੀ ਹੈ, ਇਹ ਸਰਸਾਹੀ ਵੀ ਬੜੀ ਹੋ ਜਾਣੀ, ਤਾਂ ਹੀ ਤੁਹਾਡੀ ਮੁਕਤ ਉਹ ਦਰਬਾਰ ਵਿੱਚ ਪੈਣੀ। ਤੋ ਸਾਧ ਸੰਗਤ ਜੀ ਇਹ ਕੋਈ ਮਾਣ ਨਹੀਂ ਹੈ, ਇਹ ਇਸ ਗੁਰੂ ਘਰ ਦੀ ਬਖਸ਼ਿਸ਼ ਹੈ, ਉਸ ਪਰਮ ਪਿਤਾ ਪਰਮੇਸ਼ਵਰ ਦੀ ਬਖਸ਼ਿਸ਼ ਹੈ ਔਰ ਸਾਡੇ ਮਾਤਾ ਪਿਤਾ ਜੀ ਦਾ ਮਿਹਨਤ ਸਦਕਾ ਕਿ ਅਸੀਂ ਇੱਥੇ ਸਾਰੇ ਇਕੱਠੇ ਹੋ ਕੇ ਇਹ
ਇਹ ਪ੍ਰੋਗਰਾਮ ਕਰ ਰਹੇ। ਇਹ ਪ੍ਰੋਗਰਾਮ ਸਾਡਾ ਪਿੰਡ ਸਾਡੇ ਲੋਕ ਇੱਕ ਜੋਜਰੂ ਹੋਇਆ ਜੋਜਰੂ ਹੋਇਆ ਕਿਹਨੇ ਸ਼ੁਰੂ ਕੀਤਾ ਰਾਹੀ ਜੀ ਨੇ ਮੇਰੇ ਵਿਸਥਾਰ ਦੇ ਵਿੱਚ ਦੱਸਿਆ ਹੈ। ਮੈਂ ਇੰਨਾ ਜ਼ੋਰ ਕਹਿਣਾ ਚਾਹੁੰਦਾ ਹਾਂ ਕਿ ਜਿੱਦਾਂ ਮੈਂ ਕਰੀਬ 39 ਸਾਲ ਨੌਕਰੀ ਕੀਤੀ, ਦੁਨੀਆਂ ਦੇ ਕਈ ਦੇਸ਼ਾਂ ਵਿੱਚ ਵੀ ਘੁੰਮਿਆ ਹੈ, ਲੇਕਿਨ ਆਪਣਾ ਪਿੰਡ ਬੜਾ ਯਾਦ ਹੈ। ਜਿੱਥੇ ਵੀ ਦੇ ਜਾਓ ਕੋਈ ਪੰਜਾਬੀ ਮਿਲ ਜਾਵੇ ਤਾਂ ਕਈ ਦਾ ਕਿੱਥੋਂ ਨਾ ਵਿਆਹ ਉਹਨਾਂ ਦੇ। ਇੱਕ ਵਾਰੀ ਮੈਂ ਤੁਹਾਨੂੰ ਛੋਟਾ ਜਿਹਾ ਕੰਮ, ਮੈਂ ਬੈਲਜੀਅਮ ਗਿਆ ਬ੍ਰਸਲਸ ਦੇ ਵਿੱਚ, ਮੈਂ ਉਹ ਸਾਡੇ ਚਾਚਾ ਜੀ ਮੰਗਲ ਸਾਹਿਬ, ਸੋ ਡੱਚ ਬੋਲਦੇ ਸੀ ਅਸੀਂ ਅੰਗਰੇਜ਼ੀ ਬੋਲਦੇ ਸੀ, ਸਾਨੂੰ ਸਮਝਣਾ ਦੂਏ ਤਾਂ ਖੜਾ ਸੀ, ਪਰੇਸ਼ਾਨ ਸੀਗੇ ਤਾਂ ਘੰਟਾ ਹੋਏ ਘੁੰਮਦੇ ਹਨ। ਇੱਕ ਸਰਦਾਰ ਜੀ ਪਕੜੇ ਸੀ, ਤਾਂ ਮੈਂ ਹਵਾਇਤ ਸੀ ਸਰਦਾਰ ਜੀ, ਉਹਨੂੰ ਦੇਖਿਆ ਪਿੱਛੇ ਇੱਕਦਮ ਆਏ, ਮੈਂ ਕਿਹਾ ਯਾਰ ਕਹਿੰਦੇ ਕਿੱਦਾਂ ਤੁਸੀਂ ਠੀਕ ਤਾਂ ਇੱਥੇ ਸਾਨੂੰ ਪ੍ਰੋਬਲਮ, ਤੁਹਾਨੂੰ ਕੀ ਪ੍ਰੋਬਲਮ ਦੱਸੋ, ਅਸੀਂ ਆਪਣੀ ਪ੍ਰੋਬਲਮ ਦੱਸੋ, ਉਹਨੇ ਸਾਰੀ ਸਾਡੀ ਪ੍ਰੋਬਲਮ ਸੋਲਵ ਕੀਤੀ। ਫਿਰ ਪੁੱਛਦੇ ਪੁੱਛਦੇ ਕਿੱਥੋਂ ਜਾਣਾ, ਤੂੰ ਇੱਥੋਂ ਫਗਵਾੜੇ ਦੇ ਲੱਗਦੇ ਰਹਿਣਾ, ਤਾਂ ਜਿੱਥੇ ਵੀ ਕੋਈ ਬੰਦਾ ਮਿਲਦਾ ਹੈਗਾ ਆ ਤਾਂ ਤੁਹਾਨੂੰ ਇੱਕ ਜੋ ਹੈ ਇੱਛਾ ਆਉਂਦੀ ਪਤਾ ਲੱਗਾ ਮੇਰੇ ਪਿੰਡਾਂ ਦਾ ਨਹੀਂ। ਸਾਡੇ ਅਜੈਬ ਸਿੰਘ ਜੀ ਮੌਜੂਦ ਹਨ, ਧਾਮੀ ਪੁਰਸ਼ ਜਿਨ੍ਹਾਂ ਨੇ ਇਸ ਸਾਡਾ ਪਿੰਡ ਸਾਡੇ ਲੋਕ ਬੜੇ ਉਤਸ਼ਾਹ ਦੇ ਨਾਲ ਸਾਡਾ ਉਤਸ਼ਾਹ ਵੀ ਬਣਾਇਆ ਔਰ ਖੁਦ ਸ਼ਾਮਿਲ ਹੋਏ ਹੈਗੇ ਔਰ ਪੈਸੇ ਵੱਲੋਂ ਵੀ ਉਹਨਾਂ ਨੇ ਤੁਰੰਤ ਜਿੰਨਾ ਵੀ ਉਹਨਾਂ ਨੂੰ ਹੁੰਦਾ ਸੀਗਾ ਉਹਨਾਂ ਨੇ ਵਿੱਚ ਆਪਣਾ ਕੰਟਰੀਬਿਊਸ਼ਨ ਦਿੱਤਾ ਹੈ। ਇਸੇ ਤਰ੍ਹਾਂ ਬਾਕੀ ਕਿ ਪਿੰਡ ਜਿਹੜਾ ਤੁਹਾਨੂੰ ਯਾਦ ਆਉਂਦਾ ਵਾਰ ਵਾਰ, ਉੱਥੇ ਜਦੋਂ ਪਹਿਲਾਂ ਹੁੰਦੇ ਹਾਂ ਪੜ੍ਹਦੇ ਹਾਂ ਪੜ੍ਹਦੇ ਹਾਂ ਬਚਪਨ ਤੁਹਾਡਾ ਬੀਤਦਾ ਕਦੇ ਭੁੱਲਦਾ, ਇਸੇ ਨੂੰ ਯਾਦ ਕਰਦੇ ਹੋਏ ਮਾਸਟਰ ਭਗਤਾਂ ਦੇ ਸਾਡੇ ਵੱਡੇ ਭਾਈ ਸਾਹਿਬ ਜੋ ਕੈਨੇਡਾ ਵਿੱਚ ਅਸਰ ਰਹਿ ਰਹੇ, ਉਹਨਾਂ ਨੂੰ ਖਿਆਲ ਆਇਆ ਇਹ ਘਟਨਾ ਨੂੰ ਸੁਣ ਕੇ, ਇਹ ਬਜ਼ੁਰਗ ਜੋ ਹੈ ਉਹਨਾਂ ਨੂੰ ਪੈਨਸ਼ਨ ਨਹੀਂ ਮਿਲੀ, ਕਈ ਵਾਰ ਗਏ ਲੇਕਿਨ ਪੈਨਸ਼ਨ ਬੈਂਕ ਵਾਲਾ ਨਹੀਂ ਦਿੱਤੀ ਗਈ, ਨਹੀਂ ਦਿੱਤੀ ਕਿਉਂ ਬੈਂਕ ਵਾਲਿਆਂ ਨੇ, ਕਿਉਂਕਿ ਉਹਨਾਂ ਨੂੰ ਕੋਈ ਪੈਸਾ ਨਹੀਂ ਆਇਆ ਸੀਗਾ, ਉਹਨਾਂ ਨੇ ਆਤਮ ਹੱਤਿਆ। ਉਸ ਘਟਨਾ ਦੁਖੀ ਹੋ ਕੇ ਉਹਨਾਂ ਨੂੰ ਇੱਕ ਆਈਡੀਆ ਕਿ ਉਹਨਾਂ ਅਸੀਂ ਜਿੰਨਾ ਵੀ ਆਪਣੇ ਪੈਨਸ਼ਨ ਦੇ ਵਿੱਚੋਂ ਆਪਣੇ ਫੰਡ ਦੇ ਵਿੱਚੋਂ ਹੋ ਸਕਦਾ ਸੀ ਲੋਕਾਂ ਨੂੰ ਉਹਨਾਂ ਜ਼ਰੂਰਤਮੰਦਾਂ ਨੂੰ ਪੈਸਾ ਦੇਈਏ ਤਾਂ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਥੋੜ੍ਹਾ ਜਿਹਾ ਆਸ ਜ਼ਿੰਦਗੀ ਦੀ ਆਸ ਪੈਦਾ ਹੋ ਸਕੇ। ਉਹਨਾਂ ਨੇ ਜੋ ਹੈ ਹੋਰ ਕਈ ਲੋਕਾਂ ਨਾਲ ਗੱਲ ਕੀਤੀ, ਮਿਹਨਤ ਕੀਤੀ ਜਦੋਂ ਗੱਲ, ਤਾਂ ਮੈਂ ਕਿਹਾ ਇੱਥੇ ਦੋ ਵੱਡੀ ਬੱਚੀ ਦੀ ਗੱਲ ਕਿਹੜੀ ਹੋ ਸਕਦੀ ਹੈ, ਵੀ ਅਸੀਂ ਸੋਚਾਂਗੇ ਇੱਥੇ 70,000 ਰੁਪਏ ਲੈਂਦੇ ਉੱਥੇ 70,000